मतलब सब तो ज्यादा जिन्हें दिमागी ने तो हद्दे मुताबिक अमिताभ जी और शाहरुख खान बहुत दिमागी पर्सनैलिटीज ने, बिल्कुल बिल्कुल क्योंकि ता ही वो एडे वे सुपरस्टार बने। बिल्कुल ते तुसी देखो ना 25-25 साल के हो गए थानू बंबई दे विच, 30 साल हो गए लगभग। 30 साल हो गए ते तुसी लगातार एक दौर देखिया बदलता होया, पुराने हीरोज जो अज पिता जी का रोल कर रहे हैं बिल्कुल और बिल्कुल हीरोइन जो अज माता जी का रोल कर रहे हैं, चलिए किसी वक्त तो बिल्कुल ग्लैमर सी और अज नवे हीरो नवी हीरोइनस आ गई हैं। किन्ना देखो, फर्क है वैसे उन्हां दे सुभाअ दे विच मिलनसार किन्ने किन्ने पुराने दे मुकाबले? पुरानी जिहड़े सीगे ना, मैं उन्हां ने बहुत स्ट्रगल कीता। जो तरविंदर है वो इत्थों साहनेवाल ते जाके फगवाड़े को स्ट्रगल करके बहुत उत्ते पहुंचे बंदा। ਹੁਣ ਜਿਹੜੀ ਜਨਰੇਸ਼ਨ ਆ ਰਹੀ ਫਿਲਮ ਲਾਈਨ ਦੇ ਵਿੱਚ, ਜਿੰਨੀ ਵੀ ਜਨਰੇਸ਼ਨ ਆ ਰਹੀ ਆ, ਉਹ ਸਟਾਰਾਂ ਦੇ ਹੀ ਬੱਚੇ ਆ ਰਹੇ। ਅਮਿਤਾਭ ਦੇ ਆ ਗਏ, ਧਰਮਿੰਦਰ ਦੇ ਆ ਗਏ, ਜਤਿੰਦਰ ਦੇ ਆ ਗਏ, ਜੀ ਜਿੰਨੇ ਵਿਨੋਦ ਖੰਨਾ, ਜਿੰਨੇ ਵੀ ਪੁਰਾਣੇ ਐਕਟਰ ਬਿਨਾਂ ਸਟਰਗਲ ਤੋਂ ਆਏ, ਬਿਨਾਂ ਸਟਰਗਲ ਤੋਂ ਆਏ, ਕਾਫੀ ਫਰਕ ਹੈ ਕਾਫੀ ਫਰਕ। ਤੇ ਹੁਣ ਜਦੋਂ ਤੁਸੀਂ ਫੋਟੋਗ੍ਰਾਫ ਲੈਂਦੇ ਸੀ, ਮਤਲਬ ਫੋਟੋ ਸ਼ੂਟ ਕਰਦੇ ਸੀ, दिव्या भारती का जो फेस सी ना, बड़ा क्यूट, बड़ा ही खूबसूरत, भोलापन भोलापन। अच्छा अच्छा मैं तुहानू एक ਦੂਜੀ ਗੱਲ ਦੱਸਦਾ, ਜਦੋਂ ਮੈਂ ਉਹਨੂੰ ਪਹਿਲੀ ਵਾਰੀ ਮਿਲਿਆ, ਬਜਰੰਗ ਪਿਕਚਰ ਦਾ ਮੂਰਤ ਸੀ ਉਹ ਪਿਕਚਰ ਦੇ ਮੂਰਤ 'ਤੇ ਜਦੋਂ ਉਹਨੂੰ ਮੈਂ ਮਿਲਿਆ ਅਤੇ ਉਹਦੀਆਂ ਜਦੋਂ ਫੋਟੋ ਖਿੱਚਣ ਲੱਗਾ ਮੈਂ, ਅਤੇ ਉਹਨੂੰ ਮੈਂ ਨਾ ਜੂਹੀ ਚਾਵਲਾ ਦੀਆਂ, ਮੇਰੇ ਕੋਲ ਕੁਛ ਸਨੈਪਸ ਮੇਰੇ ਕੋਲ ਬੈਗ 'ਚ ਸੀ, ਅੱਛਾ ਉਹਨੂੰ ਮੈਂ ਦਿਖਾਈ ਫੋਟੋ। ਅੱਛਾ ਜਦੋਂ ਉਹਨੇ ਕੀ ਕੀਤਾ, ਜਦੋਂ ਮੈਂ ਉਹਦਾ ਫੋਟੋ ਸ਼ੂਟ ਕਰਨ ਲੱਗਾ, ਉਹਨੇ ਕਿਹਾ ਮੈਨੂੰ ਉਹ ਫੋਟੋ ਦਿਖਾਓ ਜਿਹੜੀ ਜੂਹੀ ਦੀਆਂ ਫੋਟੋ ਸੀ। ਉਹਨੇ ਜੂਹੀ ਦੀ ਫੋਟੋ ਪਕੜ ਲਈ ਹੱਥ 'ਚ, ਅਤੇ ਜਦੋਂ ਫੋਟੋ ਖਿਚਵਾਉਣ ਲੱਗੀ ਕਹਿੰਦੀ ਮੇਰਾ ਕਲੋਜ਼ਅਪ ਹੀ ਖਿੱਚਣਾ ਪਹਿਲਾਂ, ਅਤੇ ਉਹ ਜੂਹੀ ਦੀ ਫੋਟੋ ਦੇਖ ਕੇ ਨਾ ਕਿ ਉਹ ਜੂਹੀ ਨੇ ਸਮਾਈਲ ਕਿਸ ਤਰ੍ਹਾਂ ਕੀਤੀ ਹੋਈ ਹੈ, ਉਹ ਜੂਹੀ ਦੀ ਜਿਸ ਤਰ੍ਹਾਂ ਸਮਾਈਲ ਕੀਤੀ ਉੱਦਾਂ ਹੀ ਦੇਖ ਕੇ ਫਿਰ ਉਹ ਇਸ ਤਰ੍ਹਾਂ ਕਾਪੀ ਕਰ ਰਹੀ। ਇੰਨੀ ਮਤਲਬ ਭੋਲੀ ਕਿ ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਮੈਂ ਫੋਟੋ ਸਮਾਈਲ ਕਿੱਦਾਂ ਕਰਨੀ ਹੈ। ਇਹ ਫਸਟ ਮੇਰੀ ਜਿਹੜੀ ਦਿਵਿਆ ਭਾਰਤੀ ਨਾਲ ਸੀ, ਔਰ ਉਹਦੀਆਂ ਇੰਨੀਆਂ ਖੂਬਸੂਰਤ ਫੋਟੋ ਆਈਆਂ, ਉਸ ਤੋਂ ਬਾਅਦ ਮੈਂ ਉਹਨੂੰ ਫੋਟੋ ਬਣਾ ਕੇ ਦਿਖਾਈਆਂ, ਉਸ ਤੋਂ ਬਾਅਦ ਮੇਰੀ ਫੈਨ ਹੋ ਗਈ। ਅੱਛਾ ਹਾਂ, ਮੇਰੇ ਤੋਂ ਵੀ ਇੱਕ ਸੀਨੀਅਰ, ਬਹੁਤ ਸੀਨੀਅਰ ਫੋਟੋਗ੍ਰਾਫਰ ਉਮੇਸ਼ ਵਿਆਸ ਜੀ ਦੇ ਸੀਗੇ, ਜਿਹੜੇ ਸਾਡੇ ਐਸੋਸੀਏਸ਼ਨ ਦੇ ਪ੍ਰਧਾਨ ਸੀ, ਉਹ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਦਿਵਿਆ ਭਾਰਤੀ ਦੀਆਂ ਫੋਟੋ ਖਿੱਚਣ ਲਈ ਗਿਆ, ਅਤੇ ਉਹਨੇ ਕਿਹਾ ਕਿ ਆਪਕੋ ਫੋਟੋ ਚਾਹੀਏ ਤੋ ਚਾਵਲਾ ਜੀ ਸੇ, ਮੈਨੂੰ ਚਾਵਲਾ ਅੰਕਲ ਵੀ ਕਹਿੰਦੀ ਸੀ, ਮੈਂ ਵੀ ਉਹਨੂੰ ਦੀਵੀ, ਅੱਛਾ ਦਿਵਿਆ ਦੀ ਜਗ੍ਹਾ ਦੀਵੀ ਬੁਲਾਉਂਦਾ ਸੀ। ਫਿਰ ਮੈਂ ਤੁਹਾਨੂੰ ਦੱਸਦਾ ਕਿ ਉਹਦਾ ਜਨਮ ਦਿਨ ਸੀ ਦਿਵਿਆ ਭਾਰਤੀ ਦਾ, ਉਹਦੇ ਬਰਥਡੇ 'ਤੇ ਜਿਹਦਾ ਵੀ ਕੋਈ ਸੈਲੀਬ੍ਰਿਟੀ ਆਉਂਦਾ ਸੀ, ਅਨਿਲ ਕਪੂਰ ਆਇਆ, ਚਾਵਲਾ ਅੰਕਲ ਇੱਕ ਪਲੀਜ਼ ਮੇਰੀ ਅਨਿਲ ਕਪੂਰ ਦੇ ਸਾਥ ਫੋਟੋ ਖਿੱਚੋ ਨਾ, ਹਾਂ ਹਾਂ ਕਿਉਂ ਨਹੀਂ। ਅਤੇ ਗੋਵਿੰਦਾ ਆਇਆ, ਚਾਵਲਾ ਅੰਕਲ ਇੱਕ ਪਲੀਜ਼ ਮੇਰੀ ਗੋਵਿੰਦਾ ਕੇ ਸਾਥ ਫੋਟੋ ਖਿੱਚੋ, ਮਤਲਬ ਉਹ ਇੱਦਾਂ ਭੋਲੇਪਨ ਨਾਲ ਗੱਲਾਂ ਕਰਦੀ ਸੀ, ਜਿਵੇਂ ਉਹ ਇੱਕ ਐਕਟਰ ਨਾ ਹੋਵੇ, ਇੱਕ ਆਮ ਸਧਾਰਨ ਵਿਅਕਤੀ ਇਸ ਤਰ੍ਹਾਂ ਵੀ ਉਹਦੀ ਇਮੇਜ 'ਚ। ਸ਼ਾਹਰੁਖ ਨਾਲ ਉਹਨਾਂ ਦੀ ਫੁੱਲ ਫਿਲਮ ਆਈ ਹੈ ਜਿਹੜੀ ਫਸਟ ਦੀਵਾਨਾ, ਦਿਲ ਆਸ਼ਨਾ ਪਹਿਲੀ ਪਿਕਚਰ ਉਹ ਸੀ, ਔਰ ਲੇਕਿਨ ਮੇਰੀ ਜਿਹੜੀ ਮੁਲਾਕਾਤ ਉਹਦੀ, ਮੈਂ ਪਹਿਲੀ ਵਾਰ ਫੋਟੋ ਖਿੱਚੀਆਂ ਉਹਦੀਆਂ, ਉਹ ਦੀਵਾਨਾ ਫਿਲਮ ਸੀ। ਹਾਂ ਦੀਵਾਨਾ, ਦੀਵਾਨਾ ਜਿਹਦੇ 'ਚ ਰਿਸ਼ੀ ਕਪੂਰ ਔਰ ਸ਼ਾਹਰੁਖ ਖਾਨ ਫਸਟ ਪਿਕਚਰ ਉਹ ਜਿਹੜੀ ਹਿੱਟ ਸੁਪਰ ਹਿੱਟ ਗਈ। ਅੱਛਾ ਮੈਂ ਤੁਹਾਨੂੰ ਇੱਕ ਹੋਰ ਦਿਵਿਆ ਭਾਰਤੀ ਦੀ ਦੱਸਦਾ, ਹਾਂਜੀ ਉਹਦੀ ਨਾ ਕੁਛ ਨੇਚਰ ਇਸ ਤਰ੍ਹਾਂ ਦੀ ਸੀ, ਜਦੋਂ ਖਾਸ ਕਰਕੇ ਡੈਥ ਹੋਣ ਤੋਂ ਕੁਛ ਸਮੇਂ ਪਹਿਲੇ ਦੀ ਗੱਲ ਹੈ, ਕਿ ਪਿਕਚਰ ਦਾ ਨਾਮ ਯਾਦ ਨਹੀਂ ਆ ਰਿਹਾ, ਉਹ 'ਚ ਕਮਲ ਸਰਦਾਨਾ, ਅੰਮ੍ਰਿਤਾ ਸਿੰਘ, ਜੈਕੀ ਸ਼ਰੋਫ, ਕਾਫੀ ਸਾਰੀ ਸਟਾਰਕਾਰ ਸੀ। ਰੰਗ 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 ਪਿਕਚਰ ਸੀ,
ਉਹਦਾ ਗਾਣਾ ਸ਼ੂਟ ਹੋ ਰਿਹਾ ਮਹਿਬੂਬ ਸਟੂਡੀਓ ਵਿੱਚ। ਉਹ ਜਦੋਂ ਮੈਂ ਉੱਥੇ ਗਿਆ ਨਾ ਮਹਿਬੂਬ ਸਟੂਡੀਓ, ਤੇ ਉੱਥੇ ਦਿਵਿਆ ਭਾਰਤੀ ਜਦੋਂ ਮੈਨੂੰ ਮਿਲੀ, ਇਸ ਤਰ੍ਹਾਂ ਮਿਲੇ ਤੇ ਮੈਂ ਕਿਹਾ ਹਾਏ ਦਿਵਿਆ। ਉਹਨੇ ਇਸ ਤਰ੍ਹਾਂ ਕੀਤਾ ਜਿਵੇਂ ਕਿ ਮੈਨੂੰ ਜਾਣਦੀ। ਮੈਂ ਬੜਾ ਹੈਰਾਨ ਹੋਇਆ, ਇਹਨੂੰ ਕੀ ਹੋ ਗਿਆ। ਅੱਛਾ, ਥੋੜ੍ਹੀ ਦੇਰ ਬਾਅਦ ਇੱਕ ਬੜੇ ਸੀਨੀਅਰ ਫੋਟੋਗ੍ਰਾਫਰ, ਜਿਹੜੇ ਕਿ ਉਸ ਟਾਈਮ ਬੜਾ ਨਾਮ ਸੀ, ਤੈਯਬ ਬਾਦਸ਼ਾਹ, ਜਿਹੜੇ ਫੋਟੋ ਸ਼ੂਟ ਵਗੈਰਾ ਕਰਦੇ ਸੀ ਸੈਸ਼ਨ, ਉਹ ਦਿਵਿਆ ਭਾਰਤੀ ਨੂੰ ਮਿਲਿਆ। ਉਹਨੇ ਕਿਹਾ ਹਾਏ ਦਿਵੀ ਦਿਵਿਆ। ਉਹਨੇ ਉਹਨੂੰ ਵੀ ਇਗਨੋਰ ਕਰਤਾ। ਫਿਰ ਮੈਂ ਕਿਹਾ, ਮੈਨੂੰ ਪਹਿਲੇ ਤਾਂ ਬੜਾ ਅਜੀਬ ਲੱਗਾ, ਫਿਰ ਮੈਂ ਕਿਹਾ ਯਾਰ ਇਹਨੇ ਉਹਨੂੰ ਵੀ ਨਹੀਂ ਮਿਲਿਆ, ਮੈਨੂੰ ਵੀ ਨਹੀਂ ਉਹਨੇ ਹਾਏ ਦਾ ਜਵਾਬ ਦਿੱਤਾ, ਚੱਕਰ ਕੀ ਹੈ। ਚਲੋ ਖੈਰ, ਸ਼ੂਟਿੰਗ ਦੇ ਅੰਦਰ ਸੈੱਟ 'ਤੇ ਚਲਾ ਗਿਆ, ਗਾਣਾ ਪਿਕਚਰਾਈਜ਼ ਹੋ ਰਿਹਾ। ਉਹ ਵਿੱਚੋਂ ਗਾਣੇ ਦੇ ਸ਼ੂਟ 'ਚ ਵਿੱਚ ਚੱਲਦੇ ਵਿੱਚ ਹੀ ਉਹ ਜਦੋਂ ਬ੍ਰੇਕ ਮਰਜੀ ਹੋਈ, ਉਹਨੇ ਨਾ ਦੂਰੋਂ ਚਲਾਇਆ, ਚਵ ਅੰਕਲ ਕੈਸੇ ਹੋ ਆਪ, ਤੇਬ ਅੰਕਲ ਕੈਸੇ ਹੋ ਆਪ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਉਦੋਂ ਬੁਲਾਇਆ ਅਤੇ ਇਹ ਬੋਲੀ ਨਹੀਂ, ਇੰਨੀ ਸਾਰੀ ਪੂਰੀ ਸਟਾਰ ਕਾਸਟ ਵਿੱਚ ਖੜੀ ਹੈ, ਇੰਨਾ ਲਾਊਡ ਹੋ ਕੇ ਬੋਲੇ ਚਾਵਲਾ ਅੰਕਲ ਕੈਸੇ ਹੋ। ਮੈਨੂੰ ਕੁਛ ਸਮਝ ਨਹੀਂ ਆਈ ਉਹ ਚੱਕਰ ਕਿ ਦਿਵਿਆ ਭਾਰਤੀ ਕਿਸ ਤਰ੍ਹਾਂ ਹੈ, ਇਸ ਤਰ੍ਹਾਂ ਕੀ ਹੈ। ਖੈਰ, ਉਹ ਕੁਛ ਸਮੇਂ ਬਾਅਦ ਮੈਂ ਉਹਨਾਂ ਨਾਲ ਬੜੀ ਅੱਛੀ ਜਰਨੀ ਰਹੀ, ਮੇਰੀ ਬੜੀ ਅੱਛੀ ਜਰਨੀ ਰਹੀ ਉਹਦੀਆਂ। ਇੱਕ ਤੋਂ ਇੱਕ ਕਲਾਸ ਫੋਟੋ ਮੈਂ ਉਹਦੀਆਂ ਖਿੱਚੀਆਂ, ਮੇਰੇ ਕੋਲ ਅੱਜ ਵੀ ਹੈ, ਰਿਕਾਰਡ ਹੈ। ਲੇਕਿਨ ਜਦੋਂ ਪਤਾ ਚੱਲਾ, ਚੱਲਿਆ ਮੈਨੂੰ ਕਿ ਦਿਵਿਆ ਭਾਰਤੀ ਦੀ ਡੈਥ ਹੋ ਗਈ, ਮੈਂ ਫਟਾਫਟ ਉੱਥੇ ਪਹੁੰਚ ਗਿਆ। ਮੇਰੇ ਪਹੁੰਚ ਨਾਲ ਮੇਰੇ, ਮੈਂ ਉਸ ਦਿਨ ਆਪਣਾ ਵੱਡਾ ਬੇਟਾ ਜਿਹੜਾ ਮੇਰਾ, ਜਿਹੜਾ ਇਸ ਟਾਈਮ ਮੇਰਾ ਕੰਮ ਸੰਭਾਲਦਾ ਹੈ, ਵਰਿੰਦਰ ਚਾਵਲਾ ਜੀ ਜੀ, ਉਹਨੂੰ ਵੀ ਨਾਲ ਲੈ ਗਿਆ ਸੀ ਮੈਂ। ਦੇਖੋ, ਫੋਟੋਗ੍ਰਾਫਰ ਵੀ ਆ, ਉਹ ਵੀ ਖੜਾ ਲੱਗ ਗਿਆ ਸੀ। ਅਤੇ ਬਸ ਉਹ ਪਹਿਲਾ ਇੰਨਾ ਨਾਨੀ, ਬਹੁਤ ਸਾਰੇ ਡਾਇਰੈਕਟਰ, ਹਿਮਾ ਮਾਨਵੀ, ਤੱਬੂ, ਬਹੁਤ ਸਾਰੇ ਐਕਟਰ ਉਹ ਵੀ ਉੱਥੇ ਉਸ ਟਾਈਮ ਮੌਜੂਦ ਸੀ। ਫਿਰ ਉਹਨੂੰ ਉੱਥੇ ਸੰਸਕਾਰ ਲਈ ਲੈ ਕੇ ਗਏ। ਉੱਥੇ ਗੋਬਿੰਦਾ ਅਤੇ ਉਹਦੇ ਜਿਹੜੇ ਪਤੀ ਸੀ ਸਾਜੀ ਨਾਡੀਆ ਵਾਲਾ, ਉਹ ਰੋਂਦੇ ਹੋਏ ਆਏ। ਮੈਂ ਇੱਕ ਹੋਰ ਤੁਹਾਨੂੰ ਖਾਸ ਗੱਲ ਦੱਸਣਾ ਭੁੱਲ ਗਿਆ। ਹਾਂਜੀ, ਇੱਕ ਫੋਟੋਗ੍ਰਾਫਰ ਦਿਵਿਆ ਭਾਰਤੀ ਨਾਲ ਮੈਂ ਖਿਚਵਾਈ, ਰਾਜੂ ਕਾਰੀਆ ਸਾਡੇ ਪੀ ਆਰ ਓ ਹੈ, ਉਹਨਾਂ ਦੀ ਉਹ ਪਿਕਚਰ ਸੀ, ਰਮਾਨ ਕੋਹਲੀ ਦੇ ਨਾਲ ਉਹ ਫਿਲਮ ਸੀ, ਉਹ ਰਿਲੀਜ਼ ਨਹੀਂ ਹੋਈ। ਓਕੇ, ਉੱਥੇ ਉਹ ਪੀ ਆਰ ਓ ਰਾਜੂ ਕਾਰੀਆ ਨੇ ਮੇਰੀ ਫੋਟੋ ਦਿਵਿਆ ਭਾਰਤੀ ਨਾਲ ਖਿੱਚੀ। ਉਹਨੇ ਮੇਰੇ ਬੜੇ ਮੋਢਿਆਂ 'ਤੇ ਇਸ ਤਰ੍ਹਾਂ ਹੱਥ ਰੱਖ ਕੇ ਉਹ ਫੋਟੋ ਖਿਚਵਾਈ। ਉਹ ਫੋਟੋ ਮੈਨੂੰ ਦਿਵਿਆ ਭਾਰਤੀ ਨੇ ਕਿਹਾ ਸੀ ਜਦੋਂ ਖਿਚਾਈ ਕਿ ਮੈਨੂੰ ਵੀ ਦੇਣੀ ਹੈ ਕਾਪੀ। ਅੱਛਾ, ਮੈਂ ਉਹ ਜਦੋਂ ਫੋਟੋ ਬਣ ਗਈ, ਉਹਨੂੰ ਡਿਵੈਲ ਕਰਕੇ ਉਹ ਦਿਵਿਆ ਭਾਰਤੀ ਨੂੰ ਫੋਟੋ। ਮੈਨੂੰ ਕੁਛ ਦਿਨਾਂ ਬਾਅਦ ਮੈਨੂੰ ਯਾਦ ਹੈ ਕਿ ਕਮਾਲਿਸਤਾਨ ਸਟੂਡੀਓ ਵਿੱਚ ਮੈਨੂੰ ਸਾਜਿਦ ਨਾਡੀਆਵਾਲ ਜੀ ਮਿਲੇ। ਉਹਨਾਂ ਨੇ ਮੈਨੂੰ ਦੱਸਿਆ ਕਿ ਚਾਵਲਾ, ਤੇਰੀ ਜੋ ਫੋਟੋ ਹੈ ਨਾ ਦਿਵਿਆ ਭਾਰਤੀ ਕੇ ਸਾਥ ਜੋ ਤੂੰ ਖਿਚਵਾਈ ਹੈ, ਉਹ ਦਿਵਿਆ ਭਾਰਤੀ ਨੇ ਆਪਣੇ ਘਰ ਮੇ ਫਰੇਮ ਕਰਕੇ ਲਗਾ ਰੱਖੀ ਹੈ। ਮੈਨੂੰ ਬੜੀ ਖੁਸ਼ੀ ਹੋਈ, ਖੁਸ਼ੀ ਅਤੇ ਬਸ ਜਦੋਂ ਉਹਦੀ ਡੈਥ ਹੋਈ ਮੈਨੂੰ ਬੜਾ ਦੁੱਖ ਲੱਗਾ। ਇੱਕ ਬਹੁਤ ਅੱਛੀ ਮੇਰੀ ਇੱਕ ਦੋਸਤ ਸੀ, ਬਹੁਤ ਛੋਟੀ ਏਜ, ਹਾਂ ਬੜੀ ਛੋਟੀ ਏਜ ਸੀ ਉਹ, ਬਾਕੀ ਕੁਛ ਨਾ ਫਰਸਟ੍ਰੇਸ਼ਨ ਦੇ ਵਿੱਚ ਸੀ ਜਿਸ ਕਾਰਨ ਉਹਦੀ ਡੈਥ ਹੋ ਗਈ। ਫਰਸਟ੍ਰੇਸ਼ਨ, ਕਈਆਂ ਦਾ ਕਹਿਣਾ ਕਿ ਉਹ ਜੀ ਉਹਨੂੰ ਸ਼ਾਇਦ ਗਿਰਾ ਦਿੱਤਾ ਗਿਆ ਜੋ ਨਹੀਂ, ਵੈਸੇ ਇਹੋ ਜਿਹੀ ਕੋਈ ਗੱਲ ਨਹੀਂ ਸੀ। ਬਾਕਾਇਦਾ ਉਹਦੇ ਨਾਲ ਜਿਹੜੀ ਉੱਥੇ ਦੀ ਬੜੀ ਮਸ਼ਹੂਰ ਹੇਅਰ ਡਰੈਸਰ ਨੀਤਾ ਲੂਲਾ, ਹੈਂ, ਉਹਦਾ ਪਤੀ ਉਹਦੇ ਨਾਲ ਗੱਲਾਂ ਬਾਤਾਂ ਕਰ ਰਹੀ ਸੀ। ਉਹ ਕਰਦੇ ਕਰਦੇ ਉਹ ਅਚਾਨਕ ਗਿਰ ਗਏ, ਲੇਕਿਨ ਹੈ ਪਰੇਸ਼ਾਨ ਸੀ। ਓਕੇ, ਉਹਦੀਆਂ ਪਰੇਸ਼ਾਨੀਆਂ ਕੀ ਸੀ ਇਹ ਉਹਦੀ ਫੈਮਿਲੀ ਨੂੰ ਪਤਾ ਹੋਣਗੀਆਂ, ਪਤਾ ਹੋਣਗੀਆਂ, ਲੇਕਿਨ ਉਹ ਪਰੇਸ਼ਾਨ ਤੇ ਜ਼ਰੂਰ ਪੱਕਾ ਹੈ। ਇੱਕ ਅੱਛਾ ਇਨਸਾਨ, ਇੱਕ ਅੱਛਾ ਆਰਟਿਸਟ, ਹਾਂ ਇੱਕ ਅੱਛੀ ਦੋਸਤ ਮੇਰੀ ਹੋ ਗਈ। ਮੈਨੂੰ ਜਦੋਂ ਮੈਨੂੰ ਯਾਦ ਆ ਉਹਨੂੰ ਮੈਂ ਕਿਹਾ ਕਿ ਮੈਂ ਅੱਜ ਮੇਰੇ ਦੋਸਤਾਂ ਨੂੰ ਫਿਲਮੀ ਸਟਾਨ ਦੇ ਵਿੱਚ ਉਹ ਮਿਲੀ, ਅਤੇ ਉਹਨਾਂ ਨੇ ਕਿਹਾ ਕਿ ਅੱਜ ਚਾਵਲਾ ਦੇ ਘਰ ਪਾਰਟੀ ਹੈ, ਇਹਦੇ ਆਪਣਾ ਰੂਮ ਆਪਣਾ ਘਰ ਖਰੀਦਿਆ। ਉਹ ਪਿੱਛੇ ਹੀ ਪੈ ਗਈ, ਕਹਿੰਦੀ ਮੈਨੂੰ ਐਡਰੈਸ, ਉਸ ਦਿਨ ਉਹਦੀ ਤਬੀਅਤ ਖਰਾਬ ਸੀ, ਬਿਮਾਰ ਸੀਗੀ। ਓਕੇ, ਅਤੇ ਮੈਨੂੰ ਯਾਦ ਹੈ ਕਹਿ ਰਹੀ ਕਿ ਅੱਛਾ ਤੁਸੀਂ ਮੈਨੂੰ ਐਡਰੈਸ ਦਿਓ, ਮੈਂ ਵੀ ਰਾਤੀ ਆਵਾਂਗੀ। ਫਿਰ ਉਹਨੂੰ ਐਡਰੈਸ ਦਿੱਤਾ, ਖੈਰ ਫਿਰ ਰਾਤੀ ਉਹਦਾ ਫੋਨ ਆਇਆ,
ਕਿ ਉਹਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਅਤੇ ਦਿਵਿਆ ਭਾਰਤੀ ਨਹੀਂ ਆ ਸਕੀ। ਇਹ ਤਾਂ ਉਹ ਮਤਲਬ ਬਹੁਤ ਹੀ ਅੱਛੀ, ਬਹੁਤ ਹੀ ਨੇਚਰ ਦੀ ਅੱਛੀ, ਜਿੱਥੇ ਵੀ ਮਿਲਣਾ ਉਹਨੇ ਗੱਲੇ ਮਿਲ ਕੇ ਮਿਲਣਾ, ਬੜਾ ਪਿਆਰ।